जलंधर शहर असी कह सकते दावे नाले गंदगी का घर बन चुका है। और आम आदमी पार्टी वालों असी पूरी तरह के नाल असी ये चीज़ा जिहड़ियां हैगियां बर्दाश्त तो साढ़े बाहर हो रही हैं और असी इहनूं बहुत ही लंबे तौर दे उत्ते इहनूं बर्दाश्त नहीं करांगे। सानू इहदे वास्ते सानू चाहे किसी भी लेवल ते मालिक साहब किसी भी लेवल दे उत्ते जाना पवे, क्योंकि थले भी यही गल हुई सी कि असी बहुत वड्डा मुद्दा नहीं चुकिया इस टाइम गंदा पानी मोहल्लियां दे विच आ रहा उहदियां पाइपां चेंज करन वास्ते करोड़ां रुपए दे बजट दी लोड़ आ। सानू नहीं लगता है कि इस टाइम मेयर साहब इस चीज़ वास्ते लगा सकते हैं, लेकिन एक कुत्तियां दे उत्ते जिहड़ी हैगी आ एक 3 साल दे विच हाले जमीनी स्तर दे उत्ते कोई वर्क नहीं होया। जिदा डॉक्टर साहब ने पहला गल की ना कि जे रिपोर्ट जमीनी स्तर दे उत्ते साडे कोल आवे असीं चाहुंदे हां कि सरकार दी जिहड़ी गवर्नेंस है ओह लोकां वास्ते लोकां दे द्वारा लोकां दे लई बनाई जाए। इन्हां कारपोरेशन दे पक्खों जिहड़ियां ढिल्लां ने कमजोरियां ने जिहड़ियां स्कीमां बनाई जांदियां ते जो कुछ कीता जांदा ओह नाकाफी तरीके नाल ਜਨਤ ਨਗਰ ਦੀ ਘਟਨਾ ਅਤੇ ਫਿਟਬੋਲ ਦੇ ਜਿਹੜੇ ਵਿੱਚ ਛੱਡਦੇ ਪਏ ਲੋਕ ਉਹ ਹੈ ਇਹ ਸਾਰੀ ਚੀਜ਼ ਤੁਹਾਡੇ ਧਿਆਨ ਹਿੱਤ ਹੋ ਸਕਦੀ ਹੈ ਕਿ ਪਹਿਲਾਂ ਵੀ ਹੋ ਗਿਆ 200 ਰੁਪਇਆ 300 ਰੁਪਇਆ ਡੋਗ ਦੀ ਵਰਾਇਟੀ ਕੈਟਾਗਰੀ ਮੁਤਾਬਕ ਕੀਤੇ ਕਿੱਥੇ ਆ ਉਹ ਸਕੀਮ ਜਿਹੜੀ ਹੈ ਉਹ ਰੱਖ ਰਖਾਵ ਦਾ ਕਿੱਥੇ ਹੈ? ਗਊਸ਼ਾਲਾ ਸੈਸ ਲੱਗ ਰਿਹਾ, ਬਿਜਲੀ ਅਤੇ ਪਾਣੀ ਅਤੇ ਸਭ ਪਾਸੇ ਲਾਈ ਜਾ ਰਹੇ ਹਾਂ, ਆਈ ਟੀ ਆਰ ਵਿੱਚ ਵੀ ਫਾਈਲ ਕਰੀ ਜਾ ਰਿਹਾ, ਉਹ ਕਿੱਥੇ ਕਾਗਜ਼ੀ ਪਹਿਲਵਾਨ ਜਿਹੜੇ ਤੁਹਾਡੇ ਨੇ ਉਹ ਕਿੱਥੇ ਸਾਨੂੰ ਤੱਕ ਦੇ ਜ਼ਮੀਨੀ ਸਤਰ 'ਤੇ ਦਿਸਦੇ ਨਹੀਂ? ਇੰਨਾ ਕਰੋੜਾਂ ਰੁਪਇਆ ਉਹ ਗ੍ਰਾਹ ਕੇ ਵੀ ਜੇ ਸਰਕਾਰ ਇਹਦੇ ਜੇ ਤੁਸੀਂ ਕਹਿੰਦੇ ਅਸੀਂ ਕਰ ਰਹੇ ਹਾਂ, ਮੈਂ ਉਸ ਫੀਲਡ ਦਾ ਐਕਸਪਰਟ ਹੋਣ ਨਾਤੇ ਮੈਂ ਵੀ ਜਾਣਕਾਰੀ ਰੱਖਣਾ ਉਹਦੀ ਕਿ ਕਿੰਨੇ ਕੁ ਕਾਰਗਰ ਨੇ। ਉਹ ਆਈ ਵਾਸ਼ ਤੋਂ ਸ਼ੈਮ ਐਕਸਰਸਾਈਜ਼ ਤੋਂ ਬਿਨਾਂ ਕੁਛ ਨਹੀਂ ਗਾ। ਸਟਰਲਾਈਜੇਸ਼ਨ ਦਾ ਦੂਜੇ ਤੀਜਾ ਓਪਰੇਟ ਕਰਨ ਦਾ ਇੱਕ ਸਿਸਟਮ ਹੁੰਦਾ ਹੈ, ਨਾ ਤਾਂ ਕਾਰਪੋਰੇਸ਼ਨ ਕੋਲ ਪੈਸਾ ਹੈ ਨਾ ਇੱਛਾ ਸ਼ਕਤੀ ਹੈ। ਸੋ ਇਹ ਹੈ ਕਿ ਇੱਦਾਂ ਅੰਕੜੇ ਦੇ ਦੇ ਕਿ ਆਪਾਂ ਹਰ ਮਹੀਨੇ ਦੇ 500-700 ਵਧਾ ਕੇ ਸਟਰਲਾਈਜੇਸ਼ਨ ਸਰਕਾਰ ਨੇ ਤਾਂ ਕੁਛ ਕਰ ਸਕਦੇ ਹਾਂ, ਪਰ ਆਵਾਮ ਦੀਆਂ ਮੁਸੀਬਤਾਂ 'ਚ ਕੋਈ ਵੀ ਕਟੌਤੀ ਨਹੀਂ ਹੈਗੀ। ਔਰ ਬੱਚਾ ਦੇਖੋ ਬਚਿੰਤ ਨਗਰ ਦੀ ਯੂਟਿਊਬ ਕਰੋਨਾ ਵਾਇਰਸ ਕਰਕੇ ਤਾਂ ਸਰਕਾਰ ਦੀਆਂ ਜਿਹੜੀਆਂ ਇੰਸਟਰਕਸ਼ਨ ਜਾਰੀ ਨੇ ਉਹਦੇ ਬਾਵਜੂਦ ਅਸੀਂ ਆਪਣੇ ਲੋਕਾਂ ਨੂੰ ਕਿਹਾ ਵੀ ਘੱਟ ਆਓ। ਬੰਦਿਆਂ ਨੂੰ ਜਾਰੀ ਕਰ ਸਕਦੇ ਆ, ਕੁੱਤਿਆਂ ਨੂੰ ਵੀ ਤੁਸੀਂ ਕਰ ਦਿਓ ਜਾਰੀ, ਕੋਈ ਤੁਸੀਂ ਇੰਨੀ ਦੇਰ ਲਈ ਘਟਨਾ ਬੰਦ ਕਰ ਦਿਓ ਥੋੜੀ ਦੇਰ ਲਈ। ਕੋਰੋਨਾ ਵਾਇਰਸ ਚੱਲ ਰਿਹਾ ਥੋੜੀ ਦੇਰ ਲਈ ਕੰਮ। ਅੱਜ ਅਸੀਂ ਲੋਕ ਹਿੱਤ ਦਾ ਬਹੁਤ ਹੀ ਗੰਭੀਰ ਮਸਲਾ ਲੈ ਕੇ ਅਤੇ ਮੇਅਰ ਸਾਹਿਬ ਨੂੰ ਮਿਲਣ ਆਏ ਸੀਗੇ, ਪਰ ਮੇਅਰ ਸਾਹਿਬ ਕਿਤੇ ਜਾਣ ਕੇ ਜ਼ਰੂਰੀ ਕੰਮ ਜਾਣ ਕਰਕੇ ਅਸੀਂ ਜੁਆਇੰਟ ਕਮਿਸ਼ਨਰ ਹਰਚੰਦ ਸਿੰਘ ਜੀ ਨੂੰ ਮਿਲੇ ਹਾਂ। ਇੱਕ ਲਿਖਤੀ ਰੂਪ ਦੇ ਵਿੱਚ ਅਸੀਂ ਇਸ ਲੋਕ ਹਿੱਤ ਦੇ ਜਿਹੜਾ ਮਾਮਲਾ ਅਵਾਰਾ ਕੁੱਤੇ ਜਲੰਧਰ ਦੇ ਵਿੱਚ ਔਰ ਅਵਾਰਾ ਜਿਹੜੇ ਪਸ਼ੂ ਨੇ ਉਹਨਾਂ ਦੇ ਹਾਦਸਿਆਂ ਦੇ ਕਾਰਨ ਉਹਨਾਂ ਦੇ ਕੱਟਣ ਦੇ ਕਾਰਨ ਗੰਭੀਰ ਰੂਪ ਦੇ ਵਿੱਚ ਉਹਨਾਂ ਨੂੰ ਜ਼ਖਮੀ ਕਰਨ ਦੇ ਕਾਰਨ ਛੋਟੇ ਛੋਟੇ ਬੱਚੇ ਵੀ ਨਹੀਂ ਛੱਡਦੇ ਇਹ। ਇਸ ਮਸਲੇ ਨੂੰ ਲੈ ਕੇ ਅਸੀਂ ਮੇਅਰ ਸਾਹਿਬ ਨੂੰ ਮਿਲਣ ਆਏ ਸੀ, ਇੱਕ ਮੈਮੋਰੈਂਡਮ ਵੀ ਲਿਖਤੀ ਰੂਪ ਦੇ ਵਿੱਚ ਅਸੀਂ ਉਹਨਾਂ ਨੂੰ ਦਿੱਤਾ ਹੈਗਾ। ਇਹ ਇੱਡਾ ਗੰਭੀਰ ਮਸਲਾ, ਕਾਰਪੋਰੇਸ਼ਨ ਸੁੱਤੀ ਪਈ ਹੈ, ਇਹ ਕਾਗਜ਼ੀ ਭਲਵਾਨ ਬਣ ਕੇ ਰਹਿ ਗਈ ਹੈ ਕਾਰਪੋਰੇਸ਼ਨ ਜਿਹੜੀ ਹੈ ਕਿ ਸਕੀਮਾਂ ਤਾਂ ਬਣਾਉਂਦੀ ਹੈ, ਬਟ ਉਹ ਸਕੀਮਾਂ ਜਿਹੜੀਆਂ ਨੇ ਨਾ ਉਹ ਕਾਗਜ਼ਾਂ 'ਤੇ ਰਹਿ ਗਈਆਂ। ਉਨੇ ਕੁੱਤੇ, ਉਨਾ ਹੀ ਸਭ ਕੁਝ, ਉਨੇ ਹੀ ਲੋਕਾਂ ਦੇ ਵਿੱਚ ਹਾਦਸੇ ਹੋ ਰਹੇ, ਉਨੇ ਹੀ ਸੜਕ ਹਾਦਸੇ, ਉਨੀ ਹੀ ਬੇਸ਼ਕੀਮਤੀ ਜਾਨਾਂ ਜਿਹੜੀਆਂ ਨੇ ਉਹ ਸੜਕਾਂ ਦੇ ਉੱਤੇ ਸੜਕ ਹਾਦਸਿਆਂ ਦੇ ਕਾਰਨ ਕਰਕੇ ਉਹ ਗਵਾਰੇ ਨੇ ਲੋਕ ਜਿਹੜੇ ਹੈਗੇ। ਸੋ ਅੱਜ ਇਸ ਲੋਕ ਹਿੱਤ ਦੇ ਮਾਮਲੇ ਤੋਂ ਲੈ ਕੇ ਅਸੀਂ ਬਹੁਤ ਸਾਰੇ ਸਾਥੀ ਜਿਹੜੇ ਸੀਨੀਅਰ ਆਮ ਆਦਮੀ ਪਾਰਟੀ ਦੇ ਪਲੇਟਫਾਰਮ ਤੋਂ ਅਸੀਂ ਸਾਰੇ ਇਕੱਠੇ ਹੋ ਕੇ ਅਸੀਂ ਮੇਅਰ ਸਾਹਿਬ ਨੂੰ ਉਹ ਗੁਜ਼ਾਰਿਸ਼ ਕੀਤੀ ਲਿਖਤੀ ਰੂਪ ਦੇ ਵਿੱਚ ਕਿ ਇਹਦੇ ਤੋਂ ਤੁਰੰਤ ਆਪਣੇ ਨਿਜਾਤ ਪਾਉਣ, ਇਹਨਾਂ ਲਈ ਠੋਸ ਕਦਮ ਚੁੱਕੇ ਜਾਣ, ਤਾਂ ਕਿ ਇਹ ਜਿਹੜੇ ਹੁਣ ਕਦਮ ਇਹ ਚੁੱਕਣ ਦੀਆਂ ਗੱਲਾਂ ਕਰਦੇ ਆ, ਇਹਨਾਂ ਕੋਲ ਮੈਂ ਪੁੱਛਣਾ ਚਾਹੁੰਦਾ ਮੀਡੀਆ ਦੇ ਮਾਧਿਅਮ ਦੇ ਨਾਲ, RTI ਪਾ ਕੇ ਪੁੱਛ ਲਵਾਂਗੇ ਬਾਅਦ ਵਿੱਚ, ਲੇਕਿਨ ਅੱਜ ਤੁਹਾਡੇ ਰੂਬਰੂ ਹੋ ਕੇ ਪੁੱਛਣਾ ਚਾਹੁੰਦਾ ਵੀ ਕਿਹੜੀ ਐਸੀ ਇਹਨਾਂ ਕੋਲ ਮੈਥਡੋਲੋਜੀ ਹੈ ਕਿ ਜਿਹਦੇ ਵਿੱਚ ਇਹ ਕਲੇਮ ਪਾਉਂਦੇ ਆ 30,000 ਕੁੱਤਾ, 25,000 ਕੁੱਤਾ, 17,000 ਕੁੱਤਾ, 700 ਓਪਰੇਸ਼ਨ, 800 ਓਪਰੇਸ਼ਨ, ਇਹ ਸਰਕਾਰਾਂ ਨੂੰ ਤਾਂ ਖੁਸ਼ ਕੀਤਾ ਜਾ ਸਕਦਾ ਅੰਕੜੇ ਦੇ ਕੇ, ਪਰ ਆਵਾਮ ਦੇ ਅੱਗੇ ਤਾਂ ਉਹੀ ਮੁਸੀਬਤ ਹੈ। ਇੱਦਾਂ ਕਿੱਦਾਂ ਖੁਸ਼ ਹੋਊਗਾ? ਆਵਾਮ ਉਦੋਂ ਖੁਸ਼ ਹੋਊਗਾ ਜਦੋਂ ਕੋਈ ਅਵਾਰਾ ਕੁੱਤਾ ਸੜਕਾਂ 'ਤੇ ਨਹੀਂ ਹੋਊਗਾ, ਕੋਈ ਜਾਨਲੇਵਾ ਹਮਲੇ ਉਹ ਉਹਨਾਂ ਤੋਂ ਨਿਜਾਤ ਮਿਲ ਜਾਏਗੀ ਆਵਾਮ ਨੂੰ, ਔਰ ਸਰਕਾਰ ਕੋਈ ਠੋਸ ਕਦਮ ਲਏਗੀ।
ਗਊ ਸੈਸ ਲਾ ਕੇ ਕਈ ਤਰ੍ਹਾਂ ਦੇ ਸੈਸ ਲਾ ਕੇ ਪਿੱਛੇ ਜੀ ਇਹਨਾਂ ਨੇ ਸਕੀਮ ਨੇ 100 ਰੁਪਇਆ ਕੁੱਤੇ ਦੀ ਰਜਿਸਟ੍ਰੇਸ਼ਨ 200 ਰੁਪਇਆ ਰਜਿਸਟ੍ਰੇਸ਼ਨ।